ਅਮਲੋਹ ਗੁਰਸ਼ੇਰ ਸੰਧੂ ਅਲੋਂਗ ਵਿਦ ਉਹਨਾਂ ਦੇ ਜਿਹੜੇ SHO ਗੋਬਿੰਦਗੜ੍ਹ ਹੈਗੇ ਇੰਸਪੈਕਟਰ ਕੁਲਵੰਤ ਸਿੰਘ, ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਗੋਬਿੰਦਗੜ੍ਹ ਏਰੀਆ 'ਚ 4-5 ਮੁੰਡੇ ਹੈਗੇ ਜਿਹੜੇ ਸਕ੍ਰੈਪ ਦੀ ਚੋਰੀ ਦਾ ਕੰਮ ਕਰਦੇ ਆ ਅਤੇ ਉਹਨਾਂ ਨੂੰ ਕੋਲ ਮਾਰੂ ਹਥਿਆਰ ਹੈ ਅਤੇ ਉਹ ਕੋਈ ਵੱਡੀ ਵਾਰਦਾਤ ਕਰਨ ਦੀ ਪਲੈਨਿੰਗ ਕਰ ਰਿਹਾ ਅਤੇ ਜੇ ਉਹਨਾਂ ਨੂੰ ਮੌਕੇ ਤੋਂ ਫੜਿਆ ਜਾਏ ਤਾਂ ਕੋਈ ਉਹਨਾਂ ਦਾ ਇੱਦਾਂ ਦਾ ਕੋਈ ਵਾਰਦਾਤ ਹੋਣ ਤੋਂ ਰੋਕਿਆ ਜਾ ਸਕਦਾ ਹੈ। ਅਤੇ ਇਹਨਾਂ ਨੇ ਇਸ ਇਨਫੋਰਮੇਸ਼ਨ ਦੇ ਬਿਹਾਫ 'ਤੇ ਆਪਣੀ ਪਾਰਟੀਆਂ ਬਣਾਈਆਂ, ਟੀਮਾਂ ਫੋਰਮ ਕੀਤੀਆਂ ਅਤੇ ਮੌਕੇ 'ਤੇ ਰੇਡ ਕੀਤਾ। ਉਹ ਪਿੰਡ ਲਾਡਪੁਰ ਹੈਗਾ, ਉੱਥੇ ਬੈਠੇ ਪਲੈਨਿੰਗ ਕਰ ਰਹੇ ਸੀ ਅਲੋਂਗ ਵਿਦ ਹਥਿਆਰ, ਮਾਰੂ ਹਥਿਆਰ ਸੀਗੇ ਉਹਨਾਂ ਕੋਲ। ਅਤੇ ਇੱਥੇ ਮੌਕੇ 'ਤੇ ਉਹਨਾਂ ਨੇ 5 ਬੰਦੇ ਕਾਬੂ ਕੀਤੇ, ਜਿਨ੍ਹਾਂ 'ਚ ਜਿਨ੍ਹਾਂ ਦੇ ਨਾਂ ਹੈਗੇ ਪ੍ਰਦੀਪ ਸਿੰਘ, ਗੋਬਿੰਦ ਬਹਾਦੁਰ, ਸੂਰਜ, ਰਾਜਕੁਮਾਰ ਅਤੇ ਦੋ ਸੂਰਜ ਹੈ ਅਤੇ ਇੱਕ ਹੋਰ ਹੈ ਰਾਜਕੁਮਾਰ। ਇਹਨਾਂ 'ਚੋਂ ਇੱਕ ਤਾਂ ਪ੍ਰਦੀਪ ਹੈ, ਉਹ ਪੰਜਾਬੀ ਹੈ, ਉਹਦੇ 'ਤੇ ਪਹਿਲਾਂ ਹੀ ਚੋਰੀ ਦੇ 6 ਮੁਕੱਦਮੇ ਦਰਜ ਹੈ ਜੋ ਸਾਨੂੰ ਹੁਣ ਤੱਕ ਪਤਾ ਲੱਗਿਆ। ਅਤੇ ਬਾਕੀ ਜ਼ਿਆਦਾ ਕੌਮ ਨੇਪਾਲੀ ਹੈਗੇ, ਬਾਕੀ ਮੁੰਡੇ ਇਹ ਯੰਗ ਹੈਗੇ, 20-25 ਸਾਲ ਦੀ ਉਮਰ ਦੇ ਹੈਗੇ। ਫਿਲਹਾਲ ਅਸੀਂ ਇਹਨਾਂ ਤੋਂ ਜਿਹੜਾ ਸਕ੍ਰੈਪ ਦਾ ਚੋਰੀ ਦਾ ਤਾਂਬਾ ਬਰਾਮਦ ਕੀਤਾ ਉਹਦੀ ਕੁਆਂਟਿਟੀ ਅਰਾਊਂਡ 10 ਕਿਲੋ ਵਜ਼ਨ ਹੈਗਾ, 10 ਕੁਇੰਟਲ, ਜਿਹਦਾ ਵਰਥ 20-25 ਲੱਖ ਦੇ ਕਰੀਬ ਅਸੀਂ ਹਲੇ ਅਪਰੋਕਸੀਮੇਸ਼ਨ ਕੀਤੀ ਹੈ। ਕਾਫੀ ਵਧੀਆ ਰਿਕਵਰੀ ਹੈ, ਇਸ ਕਰਕੇ ਹਲੇ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ, ਉਹਦੇ ਬਾਅਦ ਬਾਕੀ ਪਤਾ ਲੱਗੇਗਾ ਕਿ ਇਹਨਾਂ ਨੇ ਕੀ ਕੀਤਾ ਹੈ, ਕੀ ਇਹਨਾਂ ਦੀ ਪਲਾਨਿੰਗ ਸੀਗੀ। ਮੈਡਮ ਆਪਸ 'ਚ ਇਹਨਾਂ ਦੀ ਨੇਪਾਲੀ ਸੀ, ਪੰਜਾਬੀ ਸੀ, ਆਪਸ 'ਚ ਇਹਨਾਂ ਦੀ ਕਿਵੇਂ ਜਾਣ ਪਛਾਣ, ਕਿਵੇਂ ਕਿਵੇਂ ਇਕੱਠੇ ਹੋਏ ਹੈ? ਡਿਊਰਿੰਗ ਇਨਵੈਸਟੀਗੇਸ਼ਨ ਪਤਾ ਲੱਗੇਗਾ। ਅਤੇ ਮੈਡਮ ਜਿਹੜੇ ਮਾਲ ਕਿ ਮਾਲ ਵੇਚਦੇ ਕਿੱਥੇ ਸੀ, ਗੁੰਦਰ ਕਿੱਥੇ ਮਾਲ ਵਿਕਦੇ ਜੀ? ਹਲੇ ਨਹੀਂ ਪਤਾ, ਹਲੇ ਤਾਂ ਅਰੈਸਟ ਕੀਤਾ ਹੈ, ਪਤਾ ਲੱਗੇਗਾ। ਕਿੰਨੀ ਕੁ ਦੇਰ ਤੋਂ ਕਰ ਰਹੇ ਸੀ? ਦਿਸ ਇਜ਼ ਨਾਟ ਨੋਨ, ਪਰ ਇਹਨਾਂ ਦਾ ਜਿਹੜਾ ਪ੍ਰਦੀਪ ਹੈ ਉਹ ਤਾਂ ਪਹਿਲਾਂ ਹੀ ਉਹਦੇ ਉੱਤੇ ਚੋਰੀ ਦੇ ਮੁਕੱਦਮੇ ਆ, ਤਾਂ ਇਹਨਾਂ ਦਾ ਚੱਲ ਹੀ ਰਿਹਾ। ਮੁੱਖ ਸਰਗਰਮ ਕਿਹੜਾ ਸੀ ਮੈਡਮ ਇਹਨਾਂ ਦਾ? ਸੋਰੀ, ਮੁੱਖ ਸਰਗਰਮ ਮੁੱਖ ਬੰਦਾ ਹੁਣ ਤੱਕ ਤਾਂ ਪ੍ਰਦੀਪ ਲੱਗ ਰਿਹਾ ਜਿਹੜਾ ਇਹਨਾਂ ਦੇ ਲੀਡਰ ਹੈ ਪੰਜਾਬ ਦਾ। ਅੱਛਾ, ਇਸ ਤੋਂ ਇਲਾਵਾ ਅਸੀਂ ਹੋਰ ਵੀ ਨਸ਼ੇ ਦੇ ਖਿਲਾਫ ਜਿਹੜੇ ਮੁਕੱਦਮੇ ਦਰਜ ਕੀਤੇ ਹੈ, ਇੱਕ ਤਾਂ CIA ਟੀਮ ਨੇ, ਸਾਡੇ ਇੰਸਪੈਕਟਰ ਰਾਜਪਾਲ ਹੈ, ਉਹਨਾਂ ਨੇ ਇੱਕ ਤਾਂ 2500 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ ਕੱਲ੍ਹ, ਅਤੇ 130 ਬੋਤਲਾਂ ਸ਼ਰਾਬ ਫੋਰ ਸੇਲ ਇਨ ਚੰਡੀਗੜ੍ਹ ਬਰਾਮਦ ਕੀਤੀ ਹੈ। ਉਸ ਤੋਂ ਇਲਾਵਾ ਸਾਡੇ ਸਰਹੰਦ ਥਾਣੇ 'ਚ ਵੀ ਸ਼ਰਾਬ ਦਾ ਪਰਚਾ ਦਰਜ ਕੀਤਾ ਗਿਆ ਹੈ, 25 ਸ਼ਰਾਬ ਦੀ ਬੋਤਲਾਂ, ਅਤੇ ਅਮਲੋਹ ਥਾਣੇ 'ਚ ਵੀ 60 ਬੋਤਲਾਂ ਸ਼ਰਾਬ ਜਿਹੜੀ ਸੇਲ ਫੋਰ ਚੰਡੀਗੜ੍ਹ ਹੁੰਦੀ ਹੈ। ਇਹ ਦੋਨੋਂ ਪਰਚੇ, 4 ਪਰਚੇ ਦਰਜ ਕੀਤੇ ਗਏ।